ਸ਼ਹਿਰ ਦੀ ਨਗਰ ਕੌਂਸਲ ਪਾਤੜਾਂ ਦਾ ਸਾਲਾਨਾ ਬਜਟ ਅੱਜ ਪ੍ਰਧਾਨ ਰਣਜੀਤ ਅਰੋੜਾ ਬਿੱਲਾ ਦੀ ਅਗਵਾਈ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ, ਜਿਸ ਵਿੱਚ ਹਾਜ਼ਰ ਸਮੂਹ ਕੌਂਸਲਰਾਂ ਵੱਲੋਂ ਇਸ ਬਜਟ ਨੂੰ ਪਾਸ ਕਰ ਦਿੱਤਾ ਗਿਆ। ਪ੍ਰਧਾਨ ਰਣਜੀਤ ਅਰੋੜਾ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ 8,20,00,000 ਰੁਪਏ ਆਮਦਨ ਦਾ ਟੀਚਾ ਮਿਥਿਆ ਗਿਆ, ਜਿਸ ਨਾਲ ਸ਼ਹਿਰ ਅੰਦਰ ਗਲੀਆਂ ਨਾਲੀਆਂ ਆਦਿ ਦਾ ਕੰਮ ਕਰਵਾਇਆ ਜਾਏਗਾ। ਉੱਥੇ ਹੀ ਗਰਮੀ ਦੇ ਮੌਸਮ ਦੌਰਾਨ 2 ਨਵੇਂ ਟਿਊਬਵੈੱਲ ਲਗਾਉਣ ਦੀ ਰੂਪਰੇਖਾ ਵੀ ਤਿਆਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਨੇ। ਉਹਨਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਅੰਦਰ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਏਗਾ ਅਤੇ ਵਿਕਾਸ ਦੇ ਕੰਮਾਂ ਦੀ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਏਗੀ। ਪਾਤੜਾਂ ਨਗਰ ਕੌਂਸਲ ਦਾ ਬਜਟ ਹੈ 8,20,00,000 ਰੁਪਏ ਦਾ ਅਸੀਂ ਟੀਚਾ ਰੱਖਿਆ ਹੋਇਆ, ਜਿਹਦੇ 'ਚ ਅਸੀਂ ਤਕਰੀਬਨ 3.5 ਕਰੋੜ ਦੇ ਸ਼ਹਿਰ 'ਚ ਆਉਣ ਵਾਲੇ ਸਾਲ 'ਚ ਵਿਕਾਸ ਦੇ ਕੰਮ, ਜਿਵੇਂ ਉਹ ਨਾਲੀਆਂ ਗਲੀਆਂ ਦਾ ਕੰਮ ਹੈ, ਚਾਹੇ ਸ਼ਹਿਰ ਦੀ ਸਾਫ਼ ਸਫਾਈ ਦਾ ਕੰਮ ਹੈ, ਉਹਦੇ ਲਈ ਰੱਖਿਆ ਗਿਆ। ਸੋਰਸ ਕੀ ਨੇ ਇਨਕਮ ਦੇ ਤੁਹਾਡੇ ਕੋਲ? ਜਿੱਦਾਂ ਸਾਨੂੰ ਵੈਟ ਤੋਂ ਇਨਕਮ ਆਉਂਦੀ ਹੈ, ਚੁੰਗੀ ਆਉਂਦੀ ਹੈ ਅਤੇ ਹੋਰ ਵੀ ਨਕਸ਼ੇ ਪਾਸ ਹੁੰਦੇ ਨੇ, ਜਿੱਦਾਂ ਕੋਈ ਪ੍ਰੋਪਰਟੀ ਟੈਕਸ, ਵਾਟਰ ਸਪਲਾਈ ਦੇ ਅਲੱਗ ਅਲੱਗ ਤੋਂ ਸਾਨੂੰ ਜਿਵੇਂ ਵੀ ਕਮਾਈ ਹੈ, ਜੋ ਵੀ ਬਾਕੀ ਸਾਨੂੰ ਸਰਕਾਰ ਤੋਂ ਵੀ ਆਸ ਹੈ ਵੀ ਸਾਨੂੰ ਸਰਕਾਰ ਗ੍ਰਾਂਟ ਦੇਊਗੀ ਤਾਂ ਜੋ ਸ਼ਹਿਰ ਦਾ ਕੰਮ। ਸ਼ਹਿਰ ਨੂੰ ਕਿਸ ਤਰ੍ਹਾਂ ਦਾ ਸ਼ਹਿਰ ਬਣਾਇਆ ਜਾਵੇਗਾ? ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਏਗਾ। ਤਕਰੀਬਨ ਸਾਡੇ 15 ਵਾਰਡ ਹੈ ਜੀ ਵਿਕਾਸ ਦੇ ਕੰਮ ਚੱਲ ਰਹੇ ਨੇ, ਹਰ ਵਾਰਡ 'ਚ ਇਸ ਟਾਈਮ ਪਾਤੜਾਂ 'ਚ ਕੰਮ ਚੱਲ ਰਹੇ ਨੇ, ਸ਼ਹਿਰ ਨੂੰ ਆਉਂਦੇ ਸਾਲ 'ਚ ਅਸੀਂ ਨਮੂਨੇ ਦਾ ਸ਼ਹਿਰ ਬਣਾ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।